ਸ਼ੁਭਕਰਨ ਦੀ ਅੰਤਿਮ ਅਰਦਾਸ ਦੇ ਉੱਪਰ ਵੱਖ ਵੱਖ ਸਿਆਸੀ ਲੀਡਰ ਉੱਥੇ ਪਹੁੰਚਣੇ, ਉੱਥੇ ਕਿਸਾਨ ਨੇਤਾ ਪਹੁੰਚਣੇ। ਜੋਗਿੰਦਰ ਸਿੰਘ ਗਰਾਹਾਂ ਆਪਣੇ ਨਾਲ, ਗਰਾਹਾਂ ਸਾਹਿਬ ਬੜਾ ਮੰਦਭਾਗਾ ਦਿਨ ਇਹ ਅੰਤਿਮ ਅਰਦਾਸ ਸ਼ਾਮਿਲ ਹੋਇਓ, ਕਿਵੇਂ ਦੇਖਦੇ ਹੋ ਸਰਕਾਰ ਦੇ ਨਾਲ ਕੋਲ ਅਤੇ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਨਾਲ? ਦੇਖੋ, ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਹੈ। ਅੱਜ ਅਸੀਂ ਉਹਨਾਂ ਦੇ ਸ਼ੁਭਕਰਨ ਦੇ ਸ਼ਰਧਾਂਜਲੀ ਸਮਾਗਮ 'ਚ ਆਏ ਹਾਂ, ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਚਾਰ ਸ਼ਬਦ ਕਹਿਣ ਆਇਆ, ਅਤੇ ਇਹ ਘਾਟਾ ਜਿਹੜਾ ਕਿਤੋਂ ਵੀ ਪੂਰਾ ਹੋਣ ਵਾਲਾ ਨਹੀਂ। ਅਸੀਂ ਇਸ ਸਰਕਾਰ ਦੀ ਇਸ ਕਾਰਵਾਈ ਦੀ ਬਹੁਤ ਨਿਖੇਧੀ ਕਰ, ਜੋ ਸਰਕਾਰ ਦੇ ਨਾਲ ਮੰਗਾਂ ਦੀ ਗੱਲ ਹੋਈ, ਜੋ ਡਿਮਾਂਡ ਦੀ, ਚਾਹੇ ਮੁਆਵਜ਼ੇ ਦੀ ਗੱਲ ਹੋਵੇ, ਸੈਟਿਸਫਾਈਡ ਹੋ ਪਰਿਵਾਰ? ਸੈਟਿਸਫਾਈਡ ਹੈ ਗੱਲਬਾਤ? ਨਹੀਂ, ਸੈਟਿਸਫਾਈਡ ਨਹੀਂ। ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਇਹਦੇ ਵਿੱਚ ਜਿਹੜੇ ਸਰਕਾਰ ਦੋਸ਼ੀ ਹੈ, ਸਰਕਾਰ ਦੋਸ਼ੀ ਹੈ ਤਾਂ ਇਹਦੇ ਵਿੱਚ ਅਮਿਤ ਸ਼ਾਹ ਦਾ ਅਤੇ ਹਰਿਆਣੇ ਦੇ ਮੁੱਖ ਮੰਤਰੀ ਦਾ ਅਤੇ ਹਰਿਆਣੇ ਦੇ ਗ੍ਰਹਿ ਮੰਤਰੀ ਦਾ, ਤਿੰਨਾਂ ਦੇ ਅਸਤੀਫਿਆਂ ਦੀ ਮੰਗ ਵਿੱਚ ਪਾਉਣੀ ਚਾਹੀਦੀ ਹੈ, ਇਹਦੇ ਜ਼ੋਰ ਦੇਣਾ ਚਾਹੀਦਾ। ਅਤੇ ਜਿਹੜੇ ਉਹ ਦੋਸ਼ੀ ਆ, ਜਿਨ੍ਹਾਂ ਨੇ ਇਹ ਬੰਦਾ ਆਪਣਾ ਸ਼ਹੀਦ ਕੀਤਾ ਸਾਡਾ ਸ਼ੁਭਕਰਨ, ਉਹਨਾਂ ਨੂੰ ਦੋਸ਼ੀ ਟਿਕ ਕੇ FIR ਦੇ ਵਿੱਚ ਪਾਉਣਾ ਚਾਹੀਦਾ ਅਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਜਾਂਚ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਹੋ, ਕਿਸ ਤਰ੍ਹਾਂ ਦੀ ਜਾਂਚ ਹੋਵੇ ਇਸ ਪੂਰੇ ਦੇ ਪੂਰੇ ਮਾਮਲੇ 'ਚ, ਜਿਹੜੀ ਪੂਰੀ ਘਟਨਾ ਘਟੀ? ਸੁਪਰੀਮ ਕੋਰਟ ਦਾ ਜੱਜ ਜਾਂਚ ਕਰੇ, ਇਹਦੀ ਪੜਤਾਲ ਕਰੇ, ਉਹਨਾਂ ਦੀ ਉਹਦੀ ਜਾਂਚ ਪਤਾ ਲੱਗ ਜੂਗਾ ਵੀ ਕੌਣ ਦੋਸ਼ੀ ਹੈ। ਤੁਸੀਂ ਕਿਸਾਨ ਅੰਦੋਲਨ ਚੱਲ ਰਿਹਾ, ਵੱਖ ਵੱਖ ਜਿਹੜੇ ਪਾਰਟੀਆਂ ਨੇ ਤੁਹਾਡੀਆਂ, ਕਿਸਾਨ ਜਥੇਬੰਦੀਆਂ ਨੇ, ਵਖਰੇਵਾਂ ਨਜ਼ਰ ਆ ਰਿਹਾ, ਲੱਗਦਾ ਨਹੀਂ ਜੀ ਇੱਕ ਹੁੰਦਾ ਤਾਂ ਅੱਜ ਮਾਹੌਲ ਕੁਛ ਹੋਰ ਹੋਣਾ? ਦੇਖੋ, ਵਖਰੇਵੇਂ ਨੂੰ ਕੌਣ ਨਹੀਂ ਜਾਣਦਾ, ਵਖਰੇਵਾਂ ਤਾਂ ਹੈ ਹੀ, ਵਖਰੇਵਾਂ ਹੁੰਦਾ ਹੋਇਆ ਵੀ ਅਸੀਂ ਇਕੱਠੇ ਕਿਵੇਂ ਲੜ ਸਕਦੇ ਹਾਂ, ਇਸ ਗੱਲ ਦਾ ਸਵਾਲ ਹੈ। ਉਹਦੀ ਖਾਤਰ ਅਸੀਂ ਪ੍ਰਪੋਜ਼ਲਾਂ ਲੈ ਕੇ ਗਏ ਹਾਂ ਤੁਹਾਡੇ ਸਾਹਮਣੇ। ਦੇਖੋ, ਅਸੀਂ ਆਹ ਚਿੱਠੀ ਕੱਢੀ ਹੈ, ਇਹਦੇ 'ਚ ਆਹ 8 ਮੰਗਾਂ ਜਿਹੜੀਆਂ ਨੇ, ਅਸੀਂ ਆਹ 5 ਨੇ, ਆਹ 8 ਪ੍ਰਪੋਜ਼ਲਾਂ ਅਸੀਂ ਭੇਜੀਆਂ ਨੇ ਉਹਨਾਂ ਨੂੰ ਲਿਖ ਕੇ, ਅਤੇ ਇਹਦੇ ਵਿੱਚ 3 ਨੁਕਤੇ ਸਾਂਝੇ, 3 ਸੁਝਾਅ ਪਾਏ ਨੇ ਵੀ ਆਹ ਸੁਝਾਅ ਨੇ, ਜਿਹਦੇ ਵਿੱਚ 26 ਜਨਵਰੀ ਵਾਲੀ ਘਟਨਾ ਵਾਪਰੀ ਹੈ, ਡੱਲੇ ਵਾਲੇ ਨੇ ਅੱਡ ਜਥੇਬੰਦੀ ਬਣਾਈ ਹੈ, ਸੰਯੁਕਤ ਮੋਰਚਾ ਉਹ ਪਾਈ ਹੈ, ਅਤੇ ਜਿਹੜੀਆਂ ਦੂਜਿਆਂ ਵੀ ਆਹ ਫਿਰਕੂ ਅਤੇ ਭੜਕਾਊ ਸ਼ਕਤੀਆਂ ਨੇ ਜਿਹੜੀਆਂ ਇੱਥੇ ਦਾਖਲ ਹੁੰਦੀਆਂ ਨੇ ਜਾਂ ਰਾਜਸੀ ਨਾਲ ਪਾਰਟੀਆਂ, ਉਹਨਾਂ ਤੋਂ ਦੂਰ ਰਹਿਣ ਦੀ ਗੱਲ ਹੈ। 3 ਨੁਕਤੇ ਪਏ ਨੇ ਅਸੀਂ ਇਹਦੇ 'ਚ, ਉਹਨਾਂ ਇਹ ਚਿੱਠੀ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਦੇ ਕੇ। ਦੇਰ ਨਾਲ ਮੇਰੀ ਗੱਲ ਹੋ ਰਹੀ ਸੀ, ਕਹਿ ਰਹੇ ਅਸੀਂ ਪਹਿਲ ਕੀਤੀ ਹੈ ਪਰ ਸਾਡੇ ਕੋਈ ਸੁਣ ਨਹੀਂ ਰਿਹਾ, ਅਸੀਂ ਅੱਜ ਵੀ ਪਹਿਲ ਕਰ ਰਹੇ ਹਾਂ, ਅਸੀਂ ਕਹਿੰਦੇ ਇਕੱਠੇ ਆਈਏ, ਇਕੱਠੇ ਬੈਠ ਕੇ ਆਪਾਂ ਲੜਾਈ ਲੜੀਏ। ਦੇਖੋ, ਦੱਸੋ ਕੋਈ ਪੰਧੇਰ ਨੇ ਕਿਹੜੀ ਪਹਿਲ ਕੀਤੀ ਹੈ? ਪੰਧੇਰ ਕਦੇ ਦੱਸੇ ਕਿ ਪੰਧੇਰ ਨੇ ਮੋਰਚਾ ਚਲਾਉਣ ਲੱਗਿਆ ਕਦੇ ਵੀ ਸਾਨੂੰ ਫੋਨ ਕਰਕੇ ਬੁਲਾਇਆ ਹੋਵੇ ਅੱਜ ਇੱਕ ਵਾਰੀ ਗੱਲ ਕਰੀਏ, ਜਾਂ ਡੱਲੇਵਾਲ ਦੱਸ ਦੇਵੇ ਵੀ ਉਹਨੇ ਇੱਕ ਵਾਰ ਵੀ ਸਾਨੂੰ ਫੋਨ ਕਰਕੇ ਬੁਲਾਇਆ ਹੋਵੇ। ਅਸੀਂ ਉੱਥੇ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਉਹਨਾਂ ਨੂੰ ਮੋਰਚੇ ਦੇ ਵਿੱਚੋਂ ਬੁਲਾਉਂਦੇ ਹਾਂ, ਉਹ ਬਾਹਰ ਸਾਨੂੰ ਥਾਂ ਦਿੰਦੇ ਨੇ, ਫਿਰ ਸਾਡੇ ਨਾਲ ਗੱਲ ਕਰਦੇ ਨੇ, ਸਾਨੂੰ ਤਾਂ ਸਾਡੇ ਤਾਂ ਫੋਨ ਨਹੀਂ ਚੱਕਦੇ। ਡੱਲੇਵਾਲ ਸਾਹਿਬ ਨੇ ਤਾਂ ਮੈਨੂੰ ਐਂ ਲੱਗਦਾ ਵੀ ਜਦੋਂ ਦਾ ਮੋਰਚਾ ਲਾਇਆ ਸਾਡਾ ਕਦੇ ਫੋਨ ਹੀ ਨਹੀਂ ਚੱਕਿਆ। ਚਲ ਫਿਰ ਵੀ ਇੰਨਾ ਚੰਗਾ ਵੀ ਸਾਡੇ ਬੁਲਾਏ ਤੋਂ ਉਹ ਆ ਜਾਂਦੇ ਨੇ, ਆ ਕੇ ਸਾਡੇ ਨਾਲ ਗੱਲ ਪੋਜੀਟਿਵ ਤਰੀਕੇ ਨਾਲ ਕਰਦੇ ਨੇ, ਇੰਨੀ ਚੰਗੀ ਗੱਲ ਹੈ, ਪਰ ਉਹਨਾਂ ਨੇ ਪਹਿਲਕਦਮੀ ਕਦੇ ਕੀਤੀ ਹੋਵੇ ਇਹ ਗੱਲ ਗਲਤ। ਅਗਲੀ ਰਣਨੀਤੀ ਕੀ ਹੈ? ਤੁਹਾਡੀ ਗੱਲਬਾਤ ਹੋ ਰਹੀ ਹੈ, ਤੁਹਾਡੇ ਲੀਡਰ ਵੀ ਮਿਲ ਰਹੇ ਨੇ, ਹੋਰਾਂ ਨਾਲ ਵੀ ਗੱਲਬਾਤ ਹੋ ਰਹੀ ਹੈ, ਹਰਿਆਣਾ ਦੀ ਕਿਸਾਨ ਜਥੇਬੰਦੀਆਂ ਆਈਆਂ ਨੇ, ਕੋਈ ਸਟ੍ਰੈਟਜੀ ਕੀ ਬਣੀ ਅਗਲੀ ਵਾਰ? ਸਟ੍ਰੈਟਜੀ ਤਾਂ ਇਹ ਹੈ ਵੀ ਭਾਈ ਇਹ ਵੱਡੀ ਲੜਾਈ ਹੈ, ਜਿਹਦੇ ਨਾਲ ਟੱਕਰ ਹੈ ਉਹ ਹਕੂਮਤ ਵੱਡੀ ਹੈ, ਬੇਮਿਚੀ ਟੱਕਰ ਹੈ, ਇੱਕ ਦੋ ਜਸਮੀਆਂ ਨਹੀਂ ਲੜ ਸਕਦੀਆਂ ਉਹਨਾਂ ਨਾਲ, ਇਕੱਠੇ ਹੋ ਕੇ ਆਪਾਂ ਨੂੰ ਸਾਰਿਆਂ ਨੂੰ ਲੜਨਾ ਪੈਣਾ। ਇਸ ਕਰਕੇ ਏਕਤਾ ਬਣਾਓ, ਚਾਹੇ ਮਿਨੀਮਮ ਏਕਤਾ, ਮੈਕਸੀਮਮ ਏਕਤਾ ਕੋਈ ਵੀ ਬਣੇ, ਇਕੱਠੇ ਹੋ ਕੇ ਤਾਲਮੇਲ ਐਕਸ਼ਨਾਂ ਦੇ ਵਿੱਚ ਜਿੰਨਾ ਚਿਰ ਦਬਾਓ ਨਹੀਂ ਪਾਉਂਦੇ ਇਹ ਮੋਰਚਾ ਜਿੱਤਣ ਦਾ। ਕਿਵੇਂ ਲੱਗਦਾ ਜੇ ਤਾਲਮੇਲ ਹੋਰ ਜਥੇਬੰਦੀਆਂ ਦੇ ਨਾਲ ਹੁੰਦਾ, ਭਰਾਤਰੀ ਜਥੇਬੰਦੀਆਂ ਨੇ ਇੱਥੋਂ ਤੋਂ ਵੱਖਰੀਆਂ ਜਿਹੜੀਆਂ ਚੱਲ ਰਹੀਆਂ ਨੇ, ਲੱਗਦਾ ਵੀ ਜੇ ਸਟ੍ਰੈਟਜੀ ਬਣਾ ਕੇ ਤੁਸੀਂ ਦੁਬਾਰਾ ਤੇ ਖੋ ਜਾਓ ਤਾਂ ਮਾਹੌਲ ਹੀ ਹੋਰ ਹੋਣਾ ਸੀ? ਦੇਖੋ, ਜਦੋਂ ਪਹਿਲਾਂ ਦਿੱਲੀ ਕੋਲ ਚੱਲਿਆ, ਸਾਰੀਆਂ ਜਥੇਬੰਦੀਆਂ ਦੇ ਵਖਰੇਵੇਂ ਤਾਂ ਸੀ ਕਿ ਗੰਭੀਰ ਵਖਰੇਵੇਂ ਸੀ, ਸਾਰੀਆਂ ਜਥੇਬੰਦੀਆਂ ਤਾਲਮੇਲਵਾਂ ਬਣਾ ਕੇ ਉੱਥੇ ਚੱਲੀਆਂ, ਅਤੇ ਜਿਹੜਾ ਮੋਦੀ ਕਹਿੰਦੇ ਬਣਦਾ ਨਹੀਂ ਸੀ ਉਹਨੂੰ ਬਣਾਇਆ, ਉਹੀ ਅਸੀਂ ਹੁਣ ਚਾਹੁੰਦੇ ਹਾਂ। ਉਹਦੇ 'ਚ ਸੰਯੁਕਤ ਮੋਰਚੇ ਨੇ ਬਕਾਇਦਾ 22 ਨੂੰ 6 ਮੈਂਬਰੀ ਏਕਤਾ ਕਮੇਟੀ ਬਣਾਈ, ਮੈਂ ਇਹਨਾਂ ਨਾਲ ਆ ਗ੍ਰਾਹਾਂ ਸਾਹਿਬ ਦੇ, ਅਸੀਂ ਵਾਰ ਵਾਰ ਉਹਨਾਂ ਨੂੰ ਮਿਲ ਲਿਆ। ਉਸ ਤੋਂ ਬਾਅਦ ਕਈ ਵਾਰੀ ਜਵਾਨੀ ਹੁੰਦਾ, ਅਗਲਾ ਕਹਿੰਦਾ ਐਂ ਤਾਂ ਨਹੀਂ ਕਿਹਾ, ਐਂ ਤਾਂ ਨਹੀਂ ਕਿਹਾ, ਅਸੀਂ ਬਕਾਇਦਾ ਜਿਹੜੀ ਚਿੱਠੀ ਹੈ ਇਹਦੇ ਲਿਖਤੀ ਸਾਰੇ ਸੁਝਾਅ ਬਣਾਏ। ਕੀ ਖਾਸ ਕੀ ਹੈ, ਕੀ ਪੁਆਇੰਟਰ ਖਾਸ ਰਹਿਣ ਵਾਲੇ? ਇਹਦੇ 'ਚ ਜਿਹੜੇ ਮੇਨ ਜੇ ਕਹਿਣਾ ਹੋਵੇ, ਪਿੱਛੇ 3 ਹੈ ਜਿਹੜੇ, ਆ 3 ਹੈ
ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਕਿਸਾਨ ਫੋਰਮਾਂ ਦੇ ਆਪਸੀ ਵਿਵਾਦ ਦੇ ਮੁੱਦੇ ਠੱਪ ਕਰ ਦਿੱਤੇ ਜਾਣ, ਪਾਸੇ ਰੱਖ ਦਿੱਤੇ ਜਾਣ, ਆਪਸੀ ਰਸਨਾ ਤੇ ਸਹਿਯੋਗ ਵਾਲਾ ਮਾਹੌਲ ਸਿਰਜਿਆ ਜਾਵੇ, ਸੰਘਰਸ਼ ਦਾ ਪਖਾ ਬਣਾਇਆ ਜਾਵੇ। ਇੱਕ ਹੈ। ਦੂਜੇ ਨੰਬਰ ਤੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਆਪਸੀ ਤਾਲਮੇਲ ਰਾਹੀਂ ਕਿਸਾਨ ਲਹਿਰ ਦੀ ਮੁਲਕ ਵਿਆਪੀ ਤਾਕਤ ਨੂੰ ਇਕੱਤਰ ਕਰਕੇ ਸਾਂਝੇ ਘੋਲ ਰੂਪਾਂ ਵਿੱਚ ਭੁਗਤਾਇਆ ਜਾਵੇ। ਕਿਸਾਨ ਰੋਹ ਨੂੰ ਕੇਂਦਰ ਸਰਕਾਰ ਇਸ ਦੀ ਰਾਜ ਮਸ਼ੀਨਰੀ ਅਤੇ BJP ਵੱਲ ਸਿੱਧਿਆ ਜਾਵੇ। ਤੀਜਾ ਹੈਗਾ, ਚੋਣ ਜਾਬਤਾ ਲੱਗਣ ਤੋਂ ਬਾਅਦ ਕਿਸਾਨ ਘੋਲ ਦੀਆਂ ਮੰਗਾਂ ਉੱਪਰ ਜ਼ੋਰਦਾਰ ਪ੍ਰਚਾਰ ਕਰਨ ਲਈ ਅਤੇ BJP ਨੂੰ ਘੇਰੋ ਨਖੇੜੋ ਦੀ ਹਾਲਤ ਵਿੱਚ ਸੁੱਟਣ ਦੇਣ ਲਈ ਸਾਂਝਾ ਸੱਦਾ ਦਿੱਤਾ ਜਾਵੇ। ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਦੀਆਂ ਮੰਗਾਂ ਉੱਭਰ ਆਉਣ, BJP ਨੂੰ ਲੋਕ ਏਕਤਾ ਅਤੇ ਲੋਕ ਹਿੱਤਾਂ ਦੇ ਦੋਖੀਆਂ ਦੇ ਕਟਹਿਰੇ 'ਚ ਖੜਾਉਣ ਲਈ ਚੋਣਾਂ ਤੱਕ ਸਾਂਝੀ ਮੁਹਿੰਮ ਚਲਾਈ ਜਾਵੇ। ਇਹ ਮੁੱਖ ਲੱਗਦੇ ਨੇ ਅੱਜ ਹੀ ਪੰਦੇਰੇ ਹੋ ਰਹੇ ਇੱਥੇ ਨੇ, ਹੋਰ ਜਥੇਬੰਦੀਆਂ ਇੱਥੇ ਨੇ, ਹਰਿਆਣਾ ਦੀ ਇੱਥੇ ਫੋਰਮ ਇੱਥੇ ਹੈਗੀ, ਲੱਗਦਾ ਨਹੀਂ ਬੈਠ ਕੇ ਘੱਟੋ ਘੱਟ ਇੱਕ ਵਿਸ਼ੇ ਤੇ ਗੱਲ ਹੋ ਜਾਵੇ? ਦੇਖੋ, ਸਾਡੀ ਸਾਰੀ ਕੋਸ਼ਿਸ਼ ਹੈ, ਅੱਜ ਤਾਂ ਕੋਈ ਇਹੋ ਜਿਹਾ ਮਾਹੌਲ ਨਹੀਂ ਵੀ ਅੱਜ ਕੋਈ ਹੋਜੂਗੀ। ਅਸੀਂ ਬਕਾਇਦਾ ਪਹਿਲਾਂ ਮਿਲੇ ਹਾਂ, ਪੰਧੇਰ ਸਾਹਿਬ ਨੂੰ ਮਿਲੇ ਹਾਂ, UP ਵਾਲਾ ਸੀਗਾ ਇੱਕ, ਉਸ ਤੋਂ ਬਾਅਦ ਫਿਰ ਮਿਲੇ ਹਾਂ, ਜਿਹਦੇ 'ਚ ਮਨਜੀਤ ਰਾਏ ਸੀਗਾ, ਸੁਰਜੀਤ ਫੂਲ ਅਤੇ ਹਰਵਿੰਦਰ ਕੌਰ ਨੂੰ, ਜਿਹੜੀ ਸੁਖਵਿੰਦਰ ਕੌਰ ਉਹਨਾਂ ਦੀ, ਉਹਨਾਂ ਨੂੰ ਮਿਲੇ ਹਾਂ, ਕਾਕਾ ਕੋਲਡਾ ਨੂੰ ਮਿਲੇ ਹਾਂ। ਉਸ ਮਿਲਣ ਤੋਂ ਬਾਅਦ ਸਾਰਿਆਂ ਦਾ ਚੰਗਾ ਹੰਗਾਰਾ ਸੀ ਵੀ ਤਾਲਮੇਲਾਂ ਤਾਂ ਘੱਟੋ ਘੱਟ ਹੋ ਸਕਦਾ। ਉਸ ਤੋਂ ਬਾਅਦ ਉਹਨਾਂ ਨੇ ਵੀਡੀਓ ਪਾਈ ਸੌਂਪਾਂ, ਜਿਹੜੇ ਵੀਡੀਓ 'ਚ ਕਿਹਾ ਵੀ ਅਸੀਂ ਤਾਂ ਸਾਨੂੰ ਇਕੱਲੇ ਨੂੰ ਮਿਲੇ ਹਾਂ, ਇਹ ਤਾਂ ਆਏ ਨਹੀਂ, ਅਸੀਂ ਤਾਂ ਇੱਕ ਤਾਂ ਵਾਸਤੇ ਜ਼ੋਰ ਲਾਇਆ, ਉਹ ਕੋਈ ਗੱਲ ਨਹੀਂ ਹੈਗੀ। ਅਸੀਂ ਉਦੋਂ ਬਾਅਦ ਵੀਡੀਓ, ਸਾਡੀ ਮਜਬੂਰੀ ਬਣੀ ਸੀ, ਨਹੀਂ ਸੀ ਪਾਉਣਾ ਚਾਹੁੰਦੇ ਇਹ ਚੱਲਦੇ ਘੋਲ 'ਚ ਵੀ ਇੱਕ ਦੂਜੇ ਦੇ ਖਿਲਾਫ਼ ਬੋਲੀਏ, ਉਹ ਪਾਈ ਹੈ। ਉਸ ਤੋਂ ਬਾਅਦ ਵੀ ਅਸੀਂ ਕਿਹਾ ਵੀ ਭਾਵੇਂ ਉਹਨਾਂ ਨੇ ਜੋ ਮਰਜ਼ੀ ਬੋਲਿਆ ਕਾਨਫਰੰਸ ਦੇ ਵਿੱਚ, ਅਸੀਂ ਏਕਤਾ ਵਾਰਤਾ ਨੂੰ ਜਾਰੀ ਰੱਖਾਂਗੇ। ਉਹਦੀ ਅਗਲੀ ਕੜੀ ਹੈ ਕਿ ਅਸੀਂ ਬਕਾਇਦਾ ਲਿਖਤੀ ਸੁਝਾਅ ਬਣਾ ਕੇ ਉਹਨਾਂ ਸਾਥੀਆਂ ਨੂੰ ਦੇ ਕੇ ਆਏ ਹਾਂ। ਅਸੀਂ ਉੱਥੇ ਰਾਜਪੁਰੇ ਮਿਲੇ ਹਾਂ ਉਹਨਾਂ ਨੂੰ, ਉਹਦੇ 'ਚ 3 ਸਾਥੀ ਸੀਗੇ, ਮਨਜੀਤ ਰਾਏ ਸੀਗਾ, ਸਰਵਣ ਪੰਧੇਰ ਸੀਗਾ, ਇੱਕ ਚਰੂਨੀ ਨੂੰ ਅੱਡ ਹੋਇਆ ਬੰਦਾ, ਮੈਨੂੰ ਨਾਂ ਥੋੜ੍ਹਾ ਉੱਕ ਗਿਆ, ਉਹ 3 ਸਾਥੀ ਸੀਗੇ ਉਹਦੇ 'ਚ। ਉਹਨਾਂ ਨੂੰ ਕਿਹਾ ਵੀ ਦੂਜੇ ਫੋਰਮ, ਉਹ ਕਹਿੰਦੇ ਵੀ ਸਾਨੂੰ ਦੇ ਦਿਓ, ਅਸੀਂ ਕਿਹਾ ਵੀ ਦੂਜਿਆਂ ਨੂੰ ਪਹੁੰਚਾ ਦਿਓਗੇ ਕਿ ਸਾਡੀ, ਅਸੀਂ ਉਹਨਾਂ ਨਾਲ ਗੱਲ ਕਰੀਏ, ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਤੁਹਾਨੂੰ ਪਹੁੰਚਾ ਦਿਆਂਗੇ। ਉਸ ਤੋਂ ਬਾਅਦ ਉਹਨਾਂ ਦੀ ਪੱਤਰਕਾਰ ਕਾਨਫਰੰਸ ਹੋਈ ਆ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਚਿੱਠੀ ਆ ਗਈ ਹੈ, ਅਸੀਂ ਚਿੱਠੀ ਵਿਚਾਰ ਕੇ ਅਗਲਾ ਕੋਈ ਫੈਸਲਾ ਕਰਾਂਗੇ। ਹੁਣ ਤੁਹਾਡਾ ਕੀ ਪ੍ਰੋਗਰਾਮ ਹੈ, ਅਗਲਾ ਫੈਸਲਾ ਕੀ ਹੈ? ਦੂਸਰੀ ਜਥੇਬੰਦੀਆਂ ਉਸੇ ਜਗ੍ਹਾ ਤੇ ਬੈਠਦੀਆਂ, ਬਾਰਡਰ ਟਾਈਟ ਉਹਨਾਂ ਨੇ ਕਰਤੇ ਹੈ, ਤੁਹਾਡਾ ਕੀ ਸਪੋਰਟ ਰਹੂਗੀ ਜਾਂ ਵੱਖਰੇ ਤੌਰ ਤੇ ਕੰਡੀਸ਼ਨ ਕਰ ਰਹੇ ਹੋ? ਦੇਖੋ, ਜਿਹੜੀ ਸੰਯੁਕਤ ਮੋਰਚੇ, ਅਸੀਂ ਸੰਯੁਕਤ ਮੋਰਚੇ ਦਾ ਅੰਗ ਆ, ਜਿਹੜੇ ਸੰਯੁਕਤ ਮੋਰਚੇ ਦੇ ਸੱਦੇ ਆਉਂਦੇ ਆ ਜਬਰ ਦੇ ਖਿਲਾਫ, ਪਹਿਲਾਂ 23 ਨੂੰ ਤੁਹਾਨੂੰ ਪਤਾ ਵੀ ਇਹਨਾਂ ਦੇ ਪੂਤਲੇ ਸਾੜੇ ਗਏ ਆ, ਜਿਹਦੇ 'ਚ ਅੰਮ੍ਰਿਤ ਸ਼ਾਹ ਸੀ, ਮੋਦੀ ਸੀਗਾ, ਇਹ ਆਪਣਾ ਖੱਟਰ ਸੀਗਾ ਅਤੇ DJP ਸੀ ਹਰਿਆਣੇ ਦਾ, ਇਹਨਾਂ ਦੇ ਪੂਤਲੇ ਸਾੜੇ ਗਏ 23 ਨੂੰ, ਸਭੀ ਨੂੰ ਟਰੈਕਟਰ ਮਤਲਬ ਰੋਡਾਂ 'ਤੇ ਖੜਾ ਕੇ WTA ਦੇ ਪੂਤਲੇ ਸਾੜੇ ਗਏ ਆ। ਹੁਣ 14 ਮਤਲਬ ਮਾਰਚ ਨੂੰ ਦਿੱਲੀ ਜਾਣ ਦਾ ਫੈਸਲਾ ਹੈ, ਸਰਕਾਰ ਸਾਨੂੰ ਆਗਿਆ ਦਿੰਦੀ ਹੈ ਕਿ ਨਾ ਦਿੰਦੀ ਹੈ ਉਸ ਪਰੇਡ ਗਰਾਊਂਡ ਦੇ ਵਿੱਚ, ਜਿਹੜੀ ਰੀਲਾ ਰਾਮ ਗਰਾਊਂਡ ਹੈ, ਉਹਦੇ 'ਚ ਆਗਿਆ ਦਿੰਦੀ ਹੈ ਕਿ ਨਾ ਦਿੰਦੀ, ਇਹ ਤਾਂ ਸਰਕਾਰ ਦੀ ਹੈਗੀ ਹੈ, ਊਂ ਸਾਨੂੰ ਬਹੁਤਾ ਲੱਗਦਾ ਵੀ ਉਹ ਆਗਿਆ ਨਹੀਂ ਦੇਣਗੇ, ਅਤੇ ਅਸੀਂ ਬਹੁਤ ਜ਼ੋਰ ਨਾਲ ਉਹਦੇ ਜਾਵਾਂਗੇ। ਹਰ ਇੱਕ ਜਥੇਬੰਦੀ ਨੇ ਆਪਦਾ ਢੰਗ ਨਾਲ ਜਾਣਾ, ਕੋਈ ਰੇਲਾਂ 'ਤੇ ਜਾਵੇ, ਕੋਈ ਕਾਰਾਂ 'ਤੇ ਜਾਵੇ, ਕੋਈ ਬੱਸਾਂ ਗੱਡੀਆਂ 'ਤੇ ਜਾਵੇ, 14 ਨੂੰ ਅਸੀਂ ਜਾਵਾਂਗੇ। ਅਤੇ ਉਸ ਤੋਂ ਪਹਿਲਾਂ ਇਸ ਗੱਲ ਨੂੰ ਆਏ ਸੀ ਵੀ ਲੱਗਦਾ ਖਾਸਾ ਸੰਨ ਪੈ ਗਿਆ, ਅਸੀਂ 3 ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਨੇ, ਭਾਰਤੀ ਕਿਸਾਨ ਯੂਨੀ ਏਕਤਾ ਗਰਾਹਾਂ, ਅਤੇ ਦਰਸ਼ਨਪਾਲ ਜਿਹੜੀ ਕਿਰਤੀ ਕਿਸਾਨ ਯੂਨੀਅਨ ਬਣਾਈ ਹੋਈ ਹੈ, ਅਤੇ BKU ਡਕਾਉਂਦਾ ਆਪਣਾ ਧਨੇਰ ਗਰੁੱਪ, ਅਸੀਂ ਤਿੰਨਾਂ ਨੇ 5 ਤਰੀਕ ਨੂੰ
ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾਂਦੀ ਰੋਸ ਮੁਜ਼ਾਹਰੇ ਰੱਖੇ ਹੋਏ ਆ ਉਹਦੇ ਸਾਡੀਆਂ ਦੋ ਤਿੰਨ ਮੰਗਾਂ ਹੈਗੀਆਂ। ਇੱਕ ਤਾਂ ਹੈਗਾ ਵੀ ਜਿਹੜੇ ਬੈਰੀਗੇਡ ਲਾਏ ਆ ਉਹਨਾਂ ਨੂੰ ਪਾਸੇ ਕੀਤਾ ਜਾਵੇ, ਤੇ ਜਿਹੜਾ ਹੁਣ ਤੱਕ ਸਰਕਾਰ ਨੇ ਜ਼ਬਰ ਕੀਤਾ ਹੈ ਉਹਦੀ ਬਕਾਇਦਾ ਜੁਡੀਸ਼ੀਅਲੀ ਇਨਕੁਆਇਰੀ ਹੋਵੇ ਹਾਈ ਕੋਰਟ ਤੋਂ, ਜਿਹੜਾ ਜਿਹਦੇ ਵਿੱਚ ਸਮੇਤ ਮੁੰਡੇ ਦੀ ਗੱਲ ਆਉਂਦੀ ਹੈ ਤੇ ਜਿਹਦੇ 'ਚ ਉਹਨਾਂ ਨੇ ਕਰਕੇ ਮਤਲਬ ਉਹ ਜ਼ੀਰੋ ਜਿਹੜੀ FIR ਕੀਤੀ ਹੈ, ਅਸੀਂ ਕਹਿੰਦੇ ਉਹ ਰੱਦ ਹੋ ਕੇ 22 ਨੇਮ ਇਹ ਤਿੰਨ ਦੋਸ਼ੀ ਬਣਦੇ ਆ। ਉਹਦੇ 'ਚ ਖੱਟਰ ਬਣਦਾ ਤੇ DGP ਬਣਦਾ ਹਰਿਆਣੇ ਦਾ ਤੇ ਅੰਮ੍ਰਿਤ ਸ਼ਾਹ ਬਣਦਾ, ਇਹਨਾਂ ਦੇ ਨਾਂ 22 ਨੇਮ ਪਰਚੇ ਦਰਜ ਹੋਣੇ ਚਾਹੀਦੇ ਆ। ਇਹਦੇ ਲਈ ਸਾਡੀ ਜ਼ੋਰਦਾਰ ਮੰਗ ਹੈਗੀ ਹੈ। ਬਿਲਕੁਲ, ਤਮਾਮ ਜਿਹੜੀਆਂ ਮੰਗਾਂ ਨੇ ਅਲੱਗ ਅਲੱਗ ਜਥੇਬੰਦੀਆਂ ਦੀਆਂ, ਪਰ ਕਹਿ ਰਹੇ ਕਿ ਜਥੇਬੰਦੀਆਂ ਦਾ ਮੋਟਿਵ ਇੱਕ ਹੈ, ਕਿਤੇ ਨਾ ਕਿਤੇ ਲੜਾਈ ਹੈ ਦਿੱਲੀ ਸਰਕਾਰ ਦੇ ਖਿਲਾਫ ਹੈ। ਕਹਿ ਰਹੇ ਕਿ 14 ਤਰੀਕ ਨੂੰ ਦਿੱਲੀ ਚਲੋ ਦਾ ਅੰਦੋਲਨ ਹੈ ਜਿਹੜਾ ਉਹ ਗ੍ਰਾਹਾਂ ਵੱਲੋਂ ਸ਼ੁਰੂ ਕਰਨਾ, ਔਰ ਹੋਰ ਵੀ ਜਥੇਬੰਦੀਆਂ ਨੇ ਜਿਹੜੀਆਂ ਉਹ ਇਹਨਾਂ ਦੇ ਨਾਲ ਨਜ਼ਰ ਆ ਰਹੇ ਨੇ। ਕਹਿ ਰਹੇ ਕਿ ਭੰਦੇਰ ਨੂੰ ਸਾਨੂੰ ਕੋਈ ਕਾਲ ਨਹੀਂ ਦਿੱਤੀ, ਹਾਂ ਗੱਲਬਾਤ ਹੁੰਦੀ ਹੈ ਸੁਖਾਵੇਂ ਮਾਹੌਲ ਦੇ ਵਿੱਚ ਹੁੰਦੀ ਹੈ, ਔਰ ਅਸੀਂ ਕਹਿੰਦੇ ਹਾਂ ਕਿ ਗੱਲਬਾਤ ਸੌਖੇ ਮਾਹੌਲ ਦੇ ਵਿੱਚ ਹੋਵੇ ਤਾਂ ਜੋ ਕਿਸਾਨੀ ਦਾ ਨਵਾਂ ਕੋਈ ਸਿੱਟਾ ਹੈ ਜਿਹੜਾ ਕਿਸਾਨ ਅੰਦੋਲਨ ਦਾ ਨਿਕਲ ਸਕੇ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਸੂਰਜ ਪਾਨ, ਨਿਊਜ਼ 18 ਪੰਜਾਬ, ਪਿੰਡ ਵੱਲੋਂ, ਬਠਿੰਡਾ।